ਸਾਧ ਸੰਗਤ ਜੀ, ਹਰ ਇੱਕ ਇਨਸਾਨ ਚਾਹੁੰਦਾ ਹੈ ਆਪਣੀ ਜ਼ਿੰਦਗੀ ਵਿੱਚ ਕਿ ਸੁੱਖ ਹੀ ਸੁੱਖ ਹੋਵੇ। ਕੋਈ ਨਹੀਂ ਚਾਹੁੰਦਾ ਕਿ ਉਹਦੀ ਜ਼ਿੰਦਗੀ ਵਿੱਚ ਦੁੱਖ ਹੋਵੇ, ਪਰ ਹੁੰਦਾ ਉਲਟਾ, ਸੁੱਖ ਮੰਗਤ ਦੁੱਖ ਆਗਲ ਹੋਏ। ਇਦਾਂ ਦੀ ਗੱਲ ਵੀ ਹੋ ਜਾਂਦੀ ਆ ਕਿ ਅਸੀਂ ਰੱਬ ਤੋਂ ਸੁੱਖ ਮੰਗਦੇ ਹਾਂ ਪਰ ਸਾਨੂੰ ਮਿਲਦਾ ਦੁੱਖ ਆ, ਇਹਦਾ ਕਾਰਨ ਕੀ ਆ? ਦੇਖੋ ਜੀ, ਜੋ ਕੁਝ ਗੁਰੂ ਸਾਹਿਬ ਜੀ ਸਾਨੂੰ ਕਹਿੰਦੇ ਨੇ, ਜੋ ਮਹਾਰਾਜ ਦੇ ਬਚਨ ਹੁੰਦੇ ਆ, ਉਹਨਾਂ ਨੂੰ ਅਸੀਂ ਕਮਾਉਂਦੇ ਹੀ ਨਹੀਂ। ਇਸ ਕਰਕੇ ਅਸੀਂ ਸੁਖੀ ਹੋ ਕੇ ਵੀ ਸੁਖੀ ਨਹੀਂ ਹੁੰਦੇ, ਸਗੋਂ ਦੁਖੀ ਹੁੰਦੇ ਹਾਂ। ਜੋ ਗੁਰ ਦੀਆ ਸੋ ਮਨ ਕੈ ਕਾਮ, ਜਿਹੜਾ ਕੁਝ ਵੀ ਗੁਰੂ ਨੇ ਦਿੱਤਾ ਹੈ ਉਹ ਹਰ ਬੰਦੇ ਦੇ ਕੰਮ ਆਉਂਦਾ ਹੈ। ਕਲਗੀਧਰ ਪਾਤਸ਼ਾਹ ਜੀ ਨੇ 13 ਬਚਨ ਕੀਤੇ ਸੀ ਸਿੰਘਾਂ ਨੂੰ, ਸਿੱਖਾਂ ਨੂੰ, ਸੰਗਤਾਂ ਨੂੰ, ਇੱਕ ਸਥਾਨ ਦੇ ਉੱਪਰ, ਜਿਹੜੇ ਜ਼ਿੰਦਗੀ ਵਿੱਚ ਜੇ ਤੁਸੀਂ ਅੱਗੇ ਵਧਣਾ ਚਾਹੁੰਦੇ ਹੋ, ਹਰ ਇੱਕ ਸਿੱਖ ਲਈ, ਸਿੰਘ ਲਈ, ਖਾਲਸੇ ਲਈ, ਇਹ ਸਮਾਜਿਕ ਰੂਪ ਦੇ ਵਿੱਚ ਵੀ ਦੇਖਿਆ ਜਾਏ, ਇਹ ਸਰਵਣ ਕਰਨੇ ਤਾਂ ਜ਼ਰੂਰੀ ਆ, ਅਮਲ ਕਰਨਾ ਵੀ ਜ਼ਰੂਰੀ ਆ। ਗੁਰੂ ਮਹਾਰਾਜ ਜੀ ਸ਼ਿਕਾਰ ਕਰਕੇ ਆਏ ਆ, ਸਾਧ ਸੰਗਤ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਕੋਲ ਬੈਠੀ ਆ। ਕੁਝ ਕੁ ਲੋਕਾਂ ਨੇ ਸਵਾਲ ਪੁੱਛਿਆ, ਮਹਾਰਾਜ ਆਪ ਜੀ ਦੇ ਦੀਦਾਰ ਹੋ ਗਏ ਅੱਜ, ਆਪ ਜੀ ਦੇ ਦਰਸ਼ਨ ਕਰਕੇ ਭੁੱਖ ਜਿਹੜੀ ਆ ਉਤਰ ਗਈ ਆ? ਸਤਿਗੁਰੂ ਮਹਾਰਾਜ ਨੇ ਆਖਿਆ, ਆਪ ਜੀ ਸਾਰੇ ਸੱਜ ਜਾਓ, ਅੱਜ ਤੁਹਾਨੂੰ ਕੋਈ ਉਪਦੇਸ਼ ਦੇਣਾ ਚਾਹੁੰਦੇ ਹਾਂ। ਮਹਾਰਾਜ ਪ੍ਰੇਮ ਦੇ ਸਾਗਰ ਕਲਗੀਧਰ ਪਾਤਸ਼ਾਹ ਜੀ ਨੇ ਬਚਨ ਕੀਤੇ, ਕਹਿਣ ਲੱਗੇ, ਸਭ ਤੋਂ ਪਹਿਲੀ ਗੱਲ ਯਾਦ ਰੱਖਣਾ, ਆਪਣੇ ਇਸ਼ਟ, ਆਪਣੇ ਧਰਮ ਦੇ ਨਾਲ ਪ੍ਰੀਤ ਰੱਖਣੀ ਆ, ਆਪਣੇ ਗੁਰੂ 'ਤੇ ਭਰੋਸਾ ਰੱਖਣਾ। ਕਈਆਂ ਦੇ ਮਨਾਂ ਵਿੱਚ ਸ਼ੰਕਾ ਆ ਜਾਂਦਾ ਸੀ ਜਦੋਂ ਮਹਾਰਾਜ ਸ਼ਿਕਾਰ ਖੇਡਦੇ ਵੀ ਗੁਰੂ ਸਾਹਿਬ ਜੀ ਨੇ ਸ਼ਹਿ ਮਾਰਤੇ, ਗੁਰੂ ਸਾਹਿਬ ਜੀ ਨੇ ਇਸ ਤਰ੍ਹਾਂ ਬਹੁਤ ਸਾਰੇ ਜੀਵ ਜਿਹੜੇ ਆ ਉਹਨਾਂ ਦੀ ਕਿਤੇ ਹੱਤਿਆ ਤਾਂ ਨਹੀਂ ਕਰਤੀ, ਪਰ ਮਹਾਰਾਜ ਉਹਨਾਂ ਜੀਆਂ ਦਾ ਉਧਾਰ ਕਰਦੇ ਸੀ। ਗੁਰੂ ਸਾਹਿਬ ਜੀ ਨੇ ਸੋਚਿਆ ਵੀ ਕਈਆਂ ਦੇ ਮਨਾਂ ਵਿੱਚ ਸ਼ੰਕਾ ਹੈ, ਤਾਂ ਗੁਰੂ ਜੀ ਕਹਿਣ ਲੱਗੇ, ਜਿਹਨੂੰ ਅਸੀਂ ਗੁਰੂ ਮੰਨ ਲਈਏ ਨਾ, ਉਹਦੇ 'ਤੇ ਪ੍ਰਤੀਤ ਰੱਖਣੀ ਚਾਹੀਦੀ ਆ, ਵਿਸ਼ਵਾਸ ਰੱਖਣਾ ਚਾਹੀਦਾ, ਭਰੋਸਾ ਰੱਖਣਾ ਚਾਹੀਦਾ। ਦੂਜਾ ਬਚਨ ਮਹਾਰਾਜ ਨੇ ਆਖਿਆ, ਆਪਣੇ ਪੜੋਸੀ ਗਵਾਂਢੀ ਜਿਹੜੇ ਹੁੰਦੇ ਆ ਉਹਨਾਂ ਦੇ ਨਾਲ ਵੀ ਪ੍ਰੀਤ ਕਰੋ, ਕਦੇ ਵਿਰੋਧ ਨਾ ਕਰੋ। ਮਿੱਤਰਤਾ ਹੀ ਕਰਨ ਵਿੱਚ ਬੰਦੇ ਦੀ ਸੋਭਾ ਹੁੰਦੀ ਆ, ਆਪਣੇ ਮਿੱਤਰਾਂ, ਆਪਣੇ ਸਕਿਆਂ ਦੇ ਨਾਲ ਕਦੇ ਵੈਰ ਨਹੀਂ ਕਰਨਾ, ਸਗੋਂ ਹੁੰਦਾ ਹੀ ਵੈਰ ਇੱਦਾਂ ਵਾ ਵੀ ਜਿਹੜਾ ਗੂੜਾ ਮਿੱਤਰ ਹੋਵੇ ਨਾ, ਜਿਹਦੇ ਨਾਲ ਬੈਠ ਕੇ ਰੋਟੀ ਖਾਧੀ ਹੋਵੇ, ਪ੍ਰਸ਼ਾਦਾ ਛਕਿਆ ਹੋਵੇ, ਉਹੀ ਵੱਡਾ ਵੈਰੀ ਬਣਦਾ, ਕਿਉਂਕਿ ਉਹਨੂੰ ਸਾਡੇ ਭੇਤ ਪਤਾ ਹੁੰਦੇ ਨੇ। ਅਕਸਰ ਆਪਾਂ ਵੇਖਦੇ ਹੀ ਹਾਂ ਨਾ ਵੀ ਆਪਾਂ ਕਹਿੰਦੇ, ਮੈਂ ਉਹ ਬੰਦੇ ਦਾ ਇੰਨਾ ਕੀਤਾ ਅਤੇ ਉਹ ਅੱਜ ਮੇਰਾ ਦੁਸ਼ਮਣ ਬਣ ਗਿਆ। ਇਹ ਚੀਜ਼ਾਂ ਹੁੰਦੀਆਂ ਹੀ ਆ। ਦੁਨੀਆ ਬੜੀ ਚਮਤਕਾਰੀ ਆ, ਮਹਾਰਾਜ ਜੀ ਕਹਿੰਦੇ ਇੱਥੇ ਦੋਸਤ ਦੁਸ਼ਮਣ ਬਣ ਜਾਂਦੇ, ਕਮਾਲ ਦੀ ਗੱਲ ਆ। ਪਰ ਜਿੰਨਾ ਵੀ ਹੋ ਸਕੇ ਆਪਣੇ ਵੱਲੋਂ ਕਦੇ ਦੁਸ਼ਮਣੀ ਨਹੀਂ ਪਾਲਣੀ ਚਾਹੀਦੀ, ਦੁਸ਼ਮਣੀ ਨਹੀਂ ਕਰਨੀ ਚਾਹੀਦੀ। ਸਾਹਮਣੇ ਵਾਲਾ ਕਰਦਾ ਕੋਈ ਹੋਰ ਗੱਲ ਆ, ਆਪਣੀ ਤਰਫੋਂ ਸਾਰਿਆਂ ਨੂੰ ਆਪਣੇ ਮਿੱਤਰ ਸਮਝਣਾ ਚਾਹੀਦਾ, ਸਕਿਆਂ ਨਾਲ ਕਦੇ ਵੈਰ ਨਹੀਂ ਕਰਨਾ ਚਾਹੀਦਾ, ਪ੍ਰੀਤ ਰੱਖਣੀ ਚਾਹੀਦੀ ਆ। ਅਤੇ ਮਹਾਰਾਜ ਨੇ ਇੱਕ ਹੋਰ ਬਚਨ ਕੀਤਾ ਜਿਹਦਾ ਅੱਜ ਕੱਲ੍ਹ ਲੋਕ ਜਿਹੜੇ ਆ ਸਭ ਤੋਂ ਵੱਧ ਗਲਤ ਪ੍ਰਯੋਗ ਕਰਦੇ ਆ, ਝੂਠ ਬੋਲਦੇ ਆ। ਬੋਲੀਏ ਸੱਚ ਧਰਮ, ਝੂਠ ਨਾ ਬੋਲੀਏ। ਮਹਾਰਾਜ ਕਹਿੰਦੇ ਕਿਸੇ ਦਾ ਵੀ ਕਾਰਜ ਬਣ ਰਿਹਾ, ਝੂਠ ਬੋਲ ਕੇ ਚੁਗਲੀ ਕਰਕੇ ਵਿਗਾੜਨਾ ਨਹੀਂ ਚਾਹੀਦਾ। ਅਤੇ ਨੂੰਹ ਹੋ ਗਈ ਚਾਹੇ ਸੱਸ ਹੋ ਗਈ, ਅਤੇ ਇਹਨਾਂ ਦਾ ਇੱਕ ਦੂਜੇ ਨਾਲ ਦੁੱਖ ਸੁੱਖ ਪੁੱਛਣਾ ਇੱਕ ਬਹੁਤ ਵੱਡਾ ਧਰਮ ਆ।
ਅਤੇ ਇਹ ਜਿਹੜਾ ਸਹੁਰਾ ਹੋਵੇ ਨਾ ਉਹਨੂੰ ਪਿਤਾ ਸਮਾਨ ਜਾਣਨਾ। ਮਹਾਰਾਜ ਨੇ ਉੱਥੇ ਬੱਚੀਆਂ ਬੈਠੀਆਂ ਸੀ, ਆਖਿਆ ਤੁਸੀਂ ਵਿਆਹੀਆਂ ਜਾਣਾ ਅਤੇ ਬੇਗਾਨੇ ਘਰ ਜਾਣਾ ਹੈ, ਉੱਥੇ ਜਾ ਕੇ ਸਹੁਰੇ ਨੂੰ ਪਿਤਾ ਸਮਾਨ ਜਾਣ ਕੇ ਸੇਵਾ ਕਰਨੀ ਹੈ। ਗੁਰੂ ਮਹਾਰਾਜ ਕਹਿਣ ਲੱਗੇ, ਧੀਓ ਤੁਸੀਂ ਆਪਣਾ ਫਰਜ਼ ਨਿਭਾਉਣਾ, ਜੇ ਸਾਹਮਣੇ ਵਾਲਾ ਫਰਜ਼ ਨਹੀਂ ਨਿਭਾਵੇਗਾ, ਨੀਅਤ ਖੋਟੀ ਰੱਖੇਗਾ ਆਪਣੀ ਨੂੰਹ ਨੂੰ ਦੇਖ ਕੇ, ਅਤੇ ਉਹਦੇ ਮਨ ਵਿੱਚ ਬੁਰੇ ਖਿਆਲ ਪੈਦਾ ਹੋਣਗੇ, ਉਹਦਾ ਸਰੀਰ ਰੋਗੀ ਹੋਵੇਗਾ। ਮਹਾਰਾਜ ਕਹਿੰਦੇ ਬਹੁਤ ਭੈੜਾ ਰੋਗ ਉਹਨੂੰ ਲੱਗ ਜਾਵੇਗਾ, ਭੈੜੇ ਰੋਗ ਦੇ ਨਾਲ ਉਹਦੀ ਮੌਤ ਹੋ ਜਾਵੇਗੀ। ਇਸ ਤਰ੍ਹਾਂ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ, ਬੱਚੀਆਂ ਦੀ ਆਮ ਹੀ ਸ਼ਿਕਾਇਤ ਹੁੰਦੀ ਹੈ ਵੀ ਅਸੀਂ ਤਾਂ ਇਹਨਾਂ ਨੂੰ ਮਾਤਾ ਪਿਤਾ ਸਮਝਦੀਆਂ ਪਰ ਇਹ ਸਾਨੂੰ ਧੀ ਨਹੀਂ ਸਮਝਦੀਆਂ। ਸੱਸ ਅਤੇ ਨੂੰਹ ਦੀ ਜਦੋਂ ਗੱਲ ਆਉਂਦੀ ਆ, ਸਹੁਰੇ ਦੀ ਗੱਲ ਆਉਂਦੀ, ਇਹ ਸਾਨੂੰ ਧੀ ਬਣਾ ਕੇ ਨਹੀਂ ਰੱਖਦੇ, ਤਾਂ ਉਦੋਂ ਤੁਸੀਂ ਦਸਵੇਂ ਪਾਤਸ਼ਾਹ ਜੀ ਦੇ ਬਚਨ ਮੰਨਣੇ ਆ। ਮਹਾਰਾਜ ਦਾ ਬਚਨ ਆ ਵੀ ਤੁਸੀਂ ਜਾ ਕੇ ਉਹ ਪਰਿਵਾਰ ਵਿੱਚ ਧੀ ਵਾਂਗ ਵਿਚਰਨਾ, ਸਾਹਮਣੇ ਵਾਲੇ ਨਹੀਂ ਵਿਚਰਦੇ, ਉਹ ਆਪਦੀ ਕੀਤੀ ਪਾਉਣਗੇ। ਤੁਸੀਂ ਉਹਨਾਂ ਨਾਲ ਪਿਆਰ ਨਾਲ ਰਹਿਣਾ ਹੈ, ਲੋਕਾਂ ਦੇ ਮਨ ਨਫ਼ਰਤ ਨਾਲ ਭਰੇ ਪਏ ਆ, ਸਹਿਜ ਹੈ ਨਹੀਂ ਉਹਨਾਂ ਵਿੱਚ, ਟਿਕਾ ਹੈ ਨਹੀਂ, ਤੁਸੀਂ ਆਪਣੇ ਵਿੱਚ ਚੀਜ਼ਾਂ ਲੈ ਕੇ ਆਉਣੀਆਂ। ਅਗਲਾ ਵਚਨ ਮਹਾਰਾਜ ਜੀ ਨੇ ਕੀਤਾ, ਦੇਖੋ ਜੀ ਜਿਹੜਾ ਅਸੀਂ ਕਹਿੰਦੇ ਹਾਂ ਕਿ ਅਸੀਂ ਆਹ ਕੰਮ ਫਲਾਣਾ ਕੰਮ ਕਰ ਦਿੱਤਾ, ਉਹ ਕੰਮ ਮੈਂ ਕਰ ਦਿੱਤਾ, ਇਹ ਮੈਂ ਕੀਤਾ, ਜੇ ਮੈਂ ਨਾ ਹੁੰਦਾ ਤਾਂ ਸੇਵਾ ਨਹੀਂ ਸੀ ਹੋਣੀ, ਜੇ ਮੈਂ ਨਾ ਹੁੰਦਾ ਤਾਂ ਘਰ ਨਹੀਂ ਸੀ ਚੱਲਣਾ, ਜੇ ਮੈਂ ਨਾ ਹੁੰਦਾ ਤਾਂ ਦੁਨੀਆ ਨਹੀਂ ਸੀ ਹੋਣੀ। ਕਈ ਲੋਕ ਤਾਂ ਇੱਥੋਂ ਤੱਕ ਕਹਿ ਦਿੰਦੇ ਆ ਵੀ ਮੈਂ ਹਾਂ ਅਤੇ ਮੇਰਾ ਪਰਿਵਾਰ ਆ, ਇਹ ਵੱਡੀ ਮੂਰਖਤਾ। ਮਹਾਰਾਜ ਕਹਿੰਦੇ ਭਾਈ ਜੋ ਹਉਮੈ ਕਰੇਗਾ ਉਹਦੇ ਨਾਲ ਸਾਡਾ ਕੋਈ ਨਾਤਾ ਨਹੀਂ ਹੋਵੇਗਾ, ਜੋ ਸੇਵਾ ਕਰਕੇ ਹਉਮੈ ਕਰੇਗਾ ਨਾ ਉਹਦੇ ਨਾਲ ਸਾਡਾ ਕੋਈ ਨਾਤਾ ਨਹੀਂ, ਕਿਉਂਕਿ ਗੁਰਬਾਣੀ ਦੀ ਵਿਆਖਿਆ ਗੁਰਬਾਣੀ ਹੀ ਕਰਦੀ ਆ, ਹਰ ਜੀਉ ਹੰਕਾਰ ਨਾ ਭਾਵੇ ਵੇਦ ਕੂਕ ਸੁਣਾਵੇ। ਇਹ ਵੇਦ ਵੀ ਕਹਿੰਦੇ ਆ, ਸ਼ਾਸਤਰ ਧਾਰਮਿਕ ਗ੍ਰੰਥ ਕਹਿੰਦੇ ਆ ਵੀ ਰੱਬ ਨੂੰ ਹੰਕਾਰ ਚੰਗਾ ਨਹੀਂ ਲੱਗਦਾ। ਇਸ ਕਰਕੇ ਬਹੁਤੇ ਲੋਕ ਜਿਹੜੇ ਆ ਹੰਕਾਰ ਵਿੱਚ ਆ ਕੇ ਜ਼ਿੰਦਗੀ ਜਿਉਂ ਰਹੇ ਆ। ਮਹਾਰਾਜ ਕਹਿੰਦੇ ਆ ਉਹਨਾਂ ਨੂੰ ਬਿਲਕੁਲ ਵੀ ਗਿਆਨ ਨਹੀਂ, ਇਸ ਕਰਕੇ ਕੋਈ ਵੀ ਕਰਮ ਕਰਨਾ ਨਿਰਹੰਕਾਰੀ ਹੋ ਕੇ ਕਰਨਾ, ਇਹ ਗੱਲ ਚੇਤੇ ਰੱਖਿਓ। ਬਲ ਬੁੱਧੀ ਦਾ ਦਾਤਾ ਪਰਮੇਸ਼ਰ ਨੂੰ ਕਰਕੇ ਜਾਣਨਾ ਹੈ, ਇਹ ਨਹੀਂ ਕਹਿਣਾ ਮੇਰੇ ਵਿੱਚ ਇੰਨਾ ਜ਼ੋਰ ਸੀ ਮੈਂ ਕਰ ਦਿੱਤਾ, ਮੇਰੇ ਵਿੱਚ ਇੰਨੀ ਅਕਲ ਸੀ ਮੈਂ ਹੀ ਕਾਰਜ ਕਰ ਦਿੱਤਾ। ਬਲ ਜ਼ੋਰ ਬੁੱਧੀ ਅਕਲ ਦਾ ਦਾਤਾ ਵਾਹਿਗੁਰੂ ਆ, ਉਹਨੂੰ ਕਰਕੇ ਜਾਣਨਾ ਹੈ। ਅਤੇ ਮਹਾਰਾਜ ਨੇ ਕਿਹਾ ਨਹੀਂ ਹੈ, ਕੀਤਾ ਵੀ ਹੈ, ਜਿੰਨੀਆਂ ਜੰਗਾਂ ਵਿੱਚ ਫਤਿਹ ਹੋਈ ਮਹਾਰਾਜ ਕਹਿੰਦੇ ਰਹੇ ਇਹ ਜਿੱਤ ਮੇਰੀ ਨਹੀਂ, ਹੇ ਵਾਹਿਗੁਰੂ। ਇਹ ਦੇਖਣ ਵਾਲਿਆਂ ਨੂੰ ਲੱਗਦਾ ਕਿ ਗੋਬਿੰਦ ਸਿੰਘ ਜਿੱਤ ਗਿਆ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪਣੇ ਆਪ ਨੂੰ ਕਹਿ ਰਹੇ ਸੰਬੋਧਨ ਕਰਕੇ, ਦੇਖਣ ਵਾਲੇ ਕਹਿ ਰਹੇ ਆ ਕਿ ਮੈਂ ਜਿੱਤ ਗਿਆ, ਪਰ ਇਹ ਸਭ ਕਿਰਪਾ ਤੇਰੀ ਆ ਭਈ, ਜੀਤ ਮੇਰੀ ਕਿਰਪਾ ਕਾਲ ਤੇਰੀ, ਵਾਹਿਗੁਰੂ ਇਹ ਤਾਂ ਤੁਹਾਡੀ ਕਿਰਪਾ ਹੈ। ਫਿਰ ਗੁਰੂ ਮਹਾਰਾਜ ਕਹਿਣ ਲੱਗੇ ਨੌਹਾਂ ਜਿਹੜੀਆਂ ਹੁੰਦੀਆਂ ਨੇ ਉਹਨਾਂ ਦਾ ਧੀਆਂ ਨਾਲੋਂ ਜੇ ਵੱਧ ਅਦਬ ਕਰੋਗੇ ਨਾ, ਜਿਹਨੇ ਤੁਹਾਡੀ ਅੰਸ਼ ਬੰਸ਼ ਵਿੱਚ ਵਾਧਾ ਕਰਨਾ, ਉਹ ਤਾਂ ਸੰਗਤ ਬੈਠੀ ਸੀ ਵੀ ਉਹ, ਉਦੋਂ ਫਿਰ ਤੁਹਾਨੂੰ ਪਤਾ ਲੱਗੇਗਾ ਵੀ ਇਹ ਉਹ ਆ ਜਿਹਨੇ ਤੁਹਾਡੀ ਪੀੜ੍ਹੀ ਨੂੰ ਅੱਗੇ ਵਧਾਉਣਾ। ਇਹ ਸੋਚ ਕੇ ਸਤਿਕਾਰ ਕਰੋ, ਅਦਬ ਕਰੋ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਾਜਾਨ, ਉਹ ਇਸਤਰੀ ਨੂੰ ਮਾੜਾ ਨਹੀਂ ਆਖਣਾ ਚਾਹੀਦਾ ਜਿਹੜੀ ਭਗਤਾਂ ਨੂੰ, ਮਹਾਂਪੁਰਖਾਂ ਨੂੰ, ਯੋਧਿਆਂ ਨੂੰ, ਸੂਰਮਿਆਂ ਨੂੰ, ਰਾਜਿਆਂ ਨੂੰ ਜਨਮ ਦਿੰਦੀ ਹੈ, ਉਹਨੂੰ ਕਿਉਂ ਮਾੜਾ ਆਖਣਾ। ਫਿਰ ਕਈਆਂ ਨੇ ਉੱਠ ਕੇ ਸਵਾਲ ਕਰ ਦਿੱਤਾ, ਮਹਾਰਾਜ ਤੁਸੀਂ ਕਹਿ ਰਹੇ ਹੋ ਕਿ ਇਸਤਰੀਆਂ ਦਾ ਸਤਿਕਾਰ ਕਰਨਾ ਚਾਹੀਦਾ, ਪਰ ਕੁਝ ਇਸਤਰੀਆਂ ਚਰਿੱਤਰਹੀਣ ਵੀ ਹੁੰਦੀਆਂ ਨੇ,
ਕੁਝ ਇਸਤਰੀਆਂ ਧੋਖੇਬਾਜ਼ ਵੀ ਹੁੰਦੀਆਂ ਨੇ, ਉਹਨਾਂ ਵਿੱਚ ਬੜੇ ਚਰਿੱਤਰ ਹੁੰਦੇ ਨੇ, ਉਹ ਘਰ ਵਿੱਚ ਵਿਗਾੜ ਪੈਦਾ ਕਰ ਦਿੰਦੀਆਂ ਨੇ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਉਹਦੇ ਬਾਰੇ ਵੀ ਆਪ ਜੀ ਨੂੰ ਦੱਸਦੇ ਹਾਂ ਕਿ ਕੁਝ ਇਸਤਰੀਆਂ ਚਰਿੱਤਰਹੀਣ ਹੁੰਦੀਆਂ ਨੇ, ਪਰ ਕੋਈ ਵੀ ਇਸਤਰੀ ਉਦੋਂ ਤੱਕ ਚਰਿੱਤਰਹੀਣ ਨਹੀਂ ਹੋ ਸਕਦੀ ਜਦੋਂ ਤੱਕ ਕੋਈ ਮਰਦ ਨਾ ਹੋਵੇ। ਦੋਵਾਂ ਧਿਰਾਂ ਦੀ ਹੀ ਗਲਤੀ ਹੁੰਦੀ ਆ, ਦੋਵਾਂ ਧਿਰਾਂ ਵੱਲੋਂ ਹੀ ਖਾਮੀਆਂ ਹੁੰਦੀਆਂ ਨੇ। ਪਰ ਮਹਾਰਾਜ ਕਹਿੰਦੇ, ਕੁਝ ਇਸਤਰੀਆਂ ਦਾ ਸੁਭਾਅ ਹੁੰਦਾ, ਤੁਸੀਂ ਉਹਨਾਂ ਦੇ ਜਾਲ ਵਿੱਚ ਨਹੀਂ ਫਸਣਾ, ਮਿੱਠਾ ਬੋਲ ਕੇ ਮਰਦਾਂ ਨੂੰ ਫਸਾ ਲੈਣਾ, ਹੱਸ ਕੇ ਗੱਲ ਕਰਨੀ। ਇਸ ਤਰ੍ਹਾਂ ਇਹ ਚੀਜ਼ਾਂ ਵਿੱਚ ਕਈ ਵਾਰੀ ਇਨਸਾਨ ਫਸ ਜਾਂਦਾ ਵਾਸ਼ਨਾ ਅਧੀਨ ਹੋ ਕੇ। ਮਹਾਰਾਜ ਕਹਿੰਦੇ, ਇਹ ਗੱਲਾਂ ਤੁਸੀਂ ਪੱਕੀਆਂ ਕਰ ਲੈਣੀਆਂ, ਕਦੇ ਵੀ ਇਹ ਗਲਤੀ ਨਹੀਂ ਕਰਨੀ। ਇੱਕ ਤਾਂ ਜੇ ਤੈਰਨਾ ਨਹੀਂ ਆਉਂਦਾ, ਨਦੀ ਵਿੱਚ ਨਹੀਂ ਕਦੇ ਜਾਣਾ। ਮਹਾਰਾਜ ਕਹਿੰਦੇ, ਜੇ ਤੁਸੀਂ ਤੈਰਾਕ ਹੈ ਨਹੀਂ ਚੰਗੇ, ਨਦੀ ਵਿੱਚ ਨਹੀਂ ਜਾਣਾ, ਕਿਉਂਕਿ ਫਿਰ ਜ਼ਿੰਦਗੀ ਜਿਹੜੀ ਆ, ਇਹ ਜ਼ਿੰਦਗੀ ਜਿਹੜੀ ਮਿਲੀ ਆ, ਅਜਾਈਂ ਗਵਾਉਣੀ ਪਵੇਗੀ। ਪਰਾਈ ਸੇਜ 'ਤੇ ਕਦੇ ਪੈਰ ਨਹੀਂ ਧਰਨਾ, ਕੋਈ ਔਰਤ ਹੋਵੇ, ਇਕੱਲੀ ਹੋਵੇ, ਉਹਦੇ ਪਾਸ ਨਹੀਂ ਜਾ ਕੇ ਬੈਠਣਾ। ਮਹਾਰਾਜ ਨੇ ਬਚਨ ਕੀਤੇ, ਥੋੜ੍ਹੇ ਨੁਕਸਾਨ ਹੋਣ 'ਤੇ ਕਿਸੇ ਨਾਲ ਵਿਗਾੜ ਨਹੀਂ ਕਰਨਾ। ਕਈ ਵਾਰੀ ਛੋਟਾ ਜਿਹਾ ਸਾਡਾ ਕੋਈ ਨੁਕਸਾਨ ਹੋ ਜਾਂਦਾ, ਆਪਾਂ ਵੱਡਾ ਵੈਰ ਪਾ ਲੈਂਦੇ ਹਾਂ, ਉਹਦੇ ਨਾਲ ਵੱਡਾ ਵੈਰ ਨਹੀਂ ਕਰਨਾ। ਬਿਨਾਂ ਪਛਾਣ ਕੀਤੇ ਪਰਾਏ ਘੋੜੇ 'ਤੇ ਸਵਾਰੀ ਨਹੀਂ ਕਰਨੀ। ਮਹਾਰਾਜ ਕਹਿੰਦੇ, ਕਦੇ ਸੱਟ ਵੱਜ ਜੂਗੀ। ਇਸ ਕਰਕੇ ਭਾਈ, ਜ਼ਿੰਦਗੀ ਜਿਹੜੀ ਮਿਲੀ ਆ, ਤੁਸੀਂ ਇਹਦੇ ਵਿੱਚ ਇਹ ਕੀ ਕੰਮ ਕਰਨੇ ਆ, ਕੀ ਨਹੀਂ ਕਰਨੇ, ਮਹਾਰਾਜ ਨੇ ਸਭ ਕੁਝ ਦੱਸਿਆ। ਕਿਉਂਕਿ ਗੁਰੂ ਇਹ ਵੀ ਦੱਸਦਾ ਕੀ ਕਰਨਾ, ਗੁਰੂ ਇਹ ਵੀ ਦੱਸਦਾ ਕਿ ਕਦੇ ਨਹੀਂ ਕਰਨਾ। ਇਹ ਜਿੰਨੇ ਪਦਾਰਥ ਆ ਜੋ ਤੁਸੀਂ ਵੇਖ ਰਹੇ ਹੋ ਆਸੇ ਪਾਸੇ, ਇਹਨਾਂ ਨੂੰ ਵਿਖ ਕਰਕੇ ਜਾਣਨਾ। ਸੱਚੀ ਚੀਜ਼ ਤਾਂ ਰੱਬ ਦਾ ਨਾਮ ਆ। ਬਾਕੀ ਮਹਾਰਾਜ ਨੇ ਹੋਰ ਬਦੇ ਬਹੁਤ ਸੁੰਦਰ ਬਚਨ ਕੀਤੇ, ਕਹਿਣ ਲੱਗੇ, ਕਿਸੇ ਦਾ ਕੋਈ ਬੱਚਾ ਵਿਗੜ ਜਾਵੇ, ਨਸ਼ਿਆਂ ਦੇ ਉੱਪਰ ਲੱਗ ਜਾਵੇ, ਘਰ ਵਿੱਚ ਵਿਗਾੜ ਪੈਦਾ ਹੋ ਜਾਵੇ, ਲੜਾਈ ਹੋ ਜਾਵੇ, ਕਲੇਸ਼ ਹੋ ਜਾਵੇ, ਉਹ 'ਤੇ ਖੁਸ਼ੀ ਨਹੀਂ ਮਨਾਉਣੀ ਕਦੇ ਵੀ। ਕਈ ਵਾਰੀ ਕੀ ਹੁੰਦਾ, ਕਿਸੇ ਦੇ ਘਰ ਵਿੱਚ ਦੁੱਖ ਆ ਜਾਂਦਾ, ਆਪਾਂ ਖੁਸ਼ੀ ਮਨਾਉਣ ਲੱਗ ਜਾਂਦੇ ਵੀ ਉਹਦੇ ਘਰੇ ਦੁੱਖ ਆ। ਤਾਂ ਇਸ ਕਰਕੇ ਇਹ ਕੀ ਪਤਾ ਵੀ ਇਹ ਸਾਡੇ ਘਰ ਵੀ ਉਹ ਦੁੱਖ ਆ ਜੇ ਕੱਲ੍ਹ ਨੂੰ। ਇਹ ਚੀਜ਼ਾਂ ਨੂੰ ਸੋਚ ਸਮਝ ਕੇ ਚੱਲਣਾ ਹੈ। ਮਹਾਰਾਜ ਕਹਿੰਦੇ, ਕਿਸੇ ਦੇ ਵਿਗੜੇ 'ਤੇ ਖੁਸ਼ ਨਹੀਂ ਹੋਣਾ ਵੀ ਕਿਸੇ ਨੂੰ ਨੁਕਸਾਨ ਹੋ ਗਿਆ, ਵਪਾਰ 'ਚ ਘਾਟਾ ਪੈ ਗਿਆ। ਅਤੇ ਮਹਾਰਾਜ ਕਹਿੰਦੇ, ਅਗਲੀ ਗੱਲ ਇਹ ਆ ਵੀ ਵੈਰੀ ਦਾ ਵਿਸ਼ਵਾਸ ਵੀ ਨਹੀਂ ਕਰਨਾ, ਕਦੇ ਖਾਣਾ ਵੀ ਨਹੀਂ ਖਾਣਾ, ਵੈਰੀ ਦੇ ਘਰੇ ਭੋਜਨ ਨਹੀਂ ਖਾਈਦਾ ਕਦੇ। ਆਪਣਾ ਇਸ਼ਟ, ਆਪਣੇ ਗੁਰੂ ਦਾ ਸਤਿਕਾਰ ਕਰਨਾ। ਅਤੇ ਫਿਰ ਕੀ ਹੁੰਦਾ, ਕਈ ਵਾਰੀ ਅਸੀਂ ਆਪਣੇ ਗੁਰੂ 'ਤੇ ਭਰੋਸਾ ਨਹੀਂ ਕਰਦੇ, ਆਪਾਂ ਕਹਿੰਦੇ ਗੁਰੂ ਨੇ ਸਾਨੂੰ ਕੀ ਦਿੱਤਾ। ਹੌਲੀ ਹੌਲੀ ਅਸੀਂ ਦਰ ਬਦਲ ਲੈਂਦੇ ਹਾਂ, ਘਰ ਬਦਲ ਲੈਂਦੇ ਹਾਂ। ਮਹਾਰਾਜ ਕਹਿੰਦੇ, ਕੁਝ ਵੀ ਹੋ ਜੇ, ਆਪਣੇ ਧਰਮ ਦੀ ਹਾਨੀ ਨਹੀਂ ਕਰਨੀ, ਚੋਰੀ ਚੁਗਲੀ ਕਦੇ ਵੀ ਭੁੱਲ ਕੇ ਨਹੀਂ ਕਰਨੀ, ਝੂਠ ਬੋਲਣ 'ਤੇ ਜੇ ਕੋਈ ਖੁਸ਼ ਹੋਵੇ ਤਾਂ ਵੀ ਤੁਸੀਂ ਨਹੀਂ ਬੋਲਣਾ। ਕਈ ਵਾਰੀ ਹੁੰਦਾ ਵੀ ਕੁਝ ਲੋਕਾਂ ਨੂੰ ਆਦਤ ਹੁੰਦੀ, ਲੀਡਰ ਬੰਦਿਆਂ ਨੂੰ ਇਹ ਵੱਧ ਆਦਤ ਹੁੰਦੀ ਹੈ ਵੀ ਸਾਡੀ ਚਾਰ ਬੰਦਿਆਂ 'ਚ ਸਾਡਾ ਨਾਂ ਹੋਵੇ, ਸੋਭਾ ਹੋਵੇ, ਅਤੇ ਆਪਾਂ ਲੱਗ ਜਾਂਦੇ ਉਹਨਾਂ ਨੂੰ ਖੁਸ਼ ਕਰਨ, ਸਪੀਕਰ ਲੈ ਕੇ ਬੋਲਣ ਲੱਗ ਜਾਂਦੇ। ਮਹਾਰਾਜ ਕਹਿੰਦੇ, ਝੂਠ ਬੋਲੇ ਅਤੇ ਜੇ ਕੋਈ ਪ੍ਰਸੰਨ ਹੋਵੇ ਤਾਂ ਵੀ ਨਹੀਂ ਬੋਲਣਾ। ਲੋਕ ਜਾਂਦੇ ਆ, ਕਿਸੇ ਦੇ ਮਰਨ ਤੋਂ ਬਾਅਦ ਭੋਗ ਪੈਂਦਾ ਹੈ ਜੀ, ਸਹਿਜ ਪਾਠ ਪ੍ਰਕਾਸ਼ ਹੁੰਦਾ, ਜਾਣਦਾ ਵੀ ਨਹੀਂ ਹੁੰਦਾ ਬੰਦਾ ਉਹਨੂੰ, ਅਤੇ ਉਹਦੀਆਂ ਸਿਫਤਾਂ ਹੀ ਕਰੀ ਜਾਂਦਾ ਸਪੀਕਰ ਦੇ ਵਿੱਚ, ਇਹ ਗੱਲ ਕਿੱਧਰਲੀ ਆ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ, ਭਾਈ ਜੇ ਝੂਠੀ ਖੁਸ਼ਾਮਦ ਕਰਨੀ ਆ ਨਾ, ਇਹ ਤਾਂ ਬੜੀ ਮਾੜੀ ਗੱਲ ਆ, ਇਹ ਗਲਤ ਆਦਤ ਆ। ਗੁਰੂ ਇਹਨਾਂ ਚੀਜ਼ਾਂ ਨੂੰ ਭਾਉਂਦਾ ਹੀ ਨਹੀਂ, ਸਵੀਕਾਰ ਨਹੀਂ ਕਰਦਾ।
ਫਿਰ ਕੁਝ ਲੋਕਾਂ ਨੇ ਉੱਥੇ ਮਹਾਰਾਜ ਜੀ ਨੂੰ ਸਵਾਲ ਕੀਤਾ, ਗੁਰੂ ਜੀ ਕੁਝ ਲੋਕ ਜਿਹੜੇ ਮਹੂਰਤ ਕਢਵਾਉਂਦੇ ਆ, ਮਹੂਰਤ ਪੁੱਛਦੇ ਆ। ਮਹਾਰਾਜ ਕਹਿੰਦੇ ਭਾਈ ਇਹ ਵੀ ਪੁੱਛਣ ਦੀ ਕੋਈ ਲੋੜ ਨਹੀਂ ਕਿ ਘਰ ਵਿੱਚ ਕੋਈ ਚੀਜ਼ ਲਿਆਉਣੀ ਆ, ਚੰਗਾ ਕੰਮ ਕਰਨਾ, ਉਹਦੇ ਲਈ ਮਹੂਰਤ ਕਾਹਦਾ ਪੁੱਛਣਾ, ਢਿੱਲ ਨਾ ਕਰੀਏ। ਹਾਂ ਪਰ ਜਦੋਂ ਮਾੜਾ ਕੰਮ ਕਰਨਾ ਸੋਚੀਏ ਵੀ ਇਹ ਕੰਮ ਕਰਾਂ ਕਿ ਨਾ ਕਰਾਂ। ਐਸਾ ਕਾਮ ਮੂਲੇ ਨਾ ਕੀਚੈ ਜਿਤ ਅੰਤ ਪਛੋਤਾਈਏ, ਉਹ ਕਾਰਜ ਗੁਰੂ ਅਮਰਦਾਸ ਜੀ ਕਹਿੰਦੇ ਨੇ ਕਦੇ ਵੀ ਨਹੀਂ ਕਰਨਾ ਚਾਹੀਦਾ ਜਿਹਨੂੰ ਭੁੱਲ ਕੇ ਜਿਹਦਾ ਬਾਅਦ ਵਿੱਚ ਪਛਤਾਵਾ ਹੋਵੇ। ਫਿਰ ਉੱਥੇ ਇੱਕ ਸਿੰਘ ਆਇਆ ਮਹਾਰਾਜ ਜੀ ਦੇ ਪਾਸ, ਖਜਾਨ ਸਿੰਘ ਉਹਦਾ ਨਾਂ ਸੀ। ਉਹਨੇ ਦਸਵੰਦ ਦਾ 500 ਰੁਪਈਆ ਲੰਗਰ ਵਿੱਚ ਦਿੱਤਾ। ਉਹਨਾਂ ਜ਼ਮਾਨਿਆਂ ਵਿੱਚ ਮੈਂ ਦੱਸਣਾ ਚਾਹੁੰਦਾ ਵੀ ਆਪਾਂ ਕਈ ਵਾਰੀ ਛੋਟੀ ਜਿਹੀ ਸੇਵਾ ਕਰਕੇ ਕਹਿ ਦਿੰਦੇ ਹਾਂ ਮੈਂ ਪਤਾ ਨਹੀਂ ਕਿੱਡੀ ਕੁ ਸੇਵਾ ਕਰ ਲਈ, ਉਦੋਂ 500 ਰੁਪਈਆ ਤੁਸੀਂ ਵੇਖੋ ਉਹਦੀ ਕੀਮਤ ਕਿੰਨੀ ਹੋਊਗੀ। ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਨਿਹਾਲ ਆਖਿਆ ਅਤੇ ਮਹਾਰਾਜ ਨੇ ਦੇਖੋ ਇੱਥੇ ਮੈਂ ਦੱਸਣਾ ਚਾਹੁੰਦਾ ਵੀ ਉਹ 500 ਰੁਪਈਆ ਆਪਦੇ ਖੀਸੇ 'ਚ ਨਹੀਂ ਪਾਇਆ, ਕਿਹਾ ਗੁਰੂ ਕੇ ਲੰਗਰਾਂ ਵਿੱਚ ਪਾਓ, ਰਸਦ ਲਿਆਓ, ਜਿਹੜੀ ਸੰਗਤ ਆਈ ਆ ਇਹਨਾਂ 'ਚ ਲੰਗਰ ਵਰਤਾ ਦਿਓ। ਇਹ ਮਹਾਰਾਜ ਦਾ ਇਹ ਸਿੱਖੀ ਦੇ ਸਿਧਾਂਤ ਸੀਗੇ, ਜਿਹਨੂੰ ਵੰਡ ਛਕਣਾ ਕਹਿਣਾ ਹੀ ਨਹੀਂ ਛਕਾਉਣਾ ਵੀ ਆ। ਤਾਂ ਗੁਰੂ ਸਾਹਿਬ ਕਹਿੰਦੇ ਭਾਈ ਵੰਡ ਕੇ ਛਕੋ, ਵੰਡ ਕੇ ਛਕੋਗੇ ਵਾਧਾ ਹੋਵੇਗਾ ਜੀ, ਅਤੇ ਜੇ ਉਹ ਲੁਕੋ ਲੁਕੋ ਕੇ ਚੀਜ਼ਾਂ ਕਰੋਗੇ ਨਾ ਤਾਂ ਫਿਰ ਤਾਂ ਉਹ ਚੀਜ਼ਾਂ ਉਨੀਆਂ ਕੀ ਰਹਿ ਜਾਣਗੀਆਂ। ਵੰਡ ਕੇ ਛਕਣ ਦੇ ਨਾਲ ਏਡੀ ਗੁਰੂ ਦੀ ਕਿਰਪਾ ਹੁੰਦੀ ਆ। ਕਿਵੇਂ? ਕਿਸੇ ਨੇ ਸਵਾਲ ਪੁੱਛਿਆ ਮਹਾਰਾਜ ਵੰਡ ਕੇ ਛਕਣ ਨਾਲ ਤਾਂ ਚੀਜ਼ ਘਟੂਗੀ। ਮੰਨ ਲਓ ਮੇਰੇ ਕੋਲ ਦੋ ਚੀਜ਼ਾਂ ਨੇ, ਇੱਕ ਤੁਹਾਨੂੰ ਦੇ ਦੇਵਾਂ ਅਤੇ ਮੇਰੇ ਕੋਲ ਤਾਂ ਇੱਕ ਹੀ ਰਹਿ ਜੂ ਨਾ। ਮਹਾਰਾਜ ਨੇ ਆਖਿਆ ਤੁਹਾਨੂੰ ਇਹਦਾ ਬੋਧ ਨਹੀਂ ਅਜੇ। ਜਦੋਂ ਆਪਾਂ ਕਿਸੇ ਨਾਲ ਵੰਡ ਕੇ ਛਕਦੇ ਹਾਂ ਇੱਕ ਤਾਂ ਪਿਆਰ ਵੱਧਦਾ, ਭਾਈਚਾਰਕ ਸਾਂਝ ਵੱਧਦੀ ਆ, ਦੂਜੀ ਗੱਲ ਉਹ ਬੰਦਾ ਸਾਨੂੰ ਅਸੀਸਾਂ ਵੀ ਦਿੰਦਾ, ਸਾਡੇ ਬਾਰੇ ਬਹੁਤ ਅਰਦਾਸਾਂ ਵੀ ਕਰਦਾ। ਜੇ ਉਹ ਬੋਲ ਕੇ ਨਹੀਂ ਕਰਦਾ ਉਹਦੀਆਂ ਆਂਦਰਾਂ ਅੰਦਰੋਂ ਅਸੀਸਾਂ ਦਿੰਦੀਆਂ ਨੇ ਅਤੇ ਬੜੀ ਕਿਰਪਾ ਹੋ ਜਾਂਦੀ ਆ, ਅਤੇ ਅਸੀਸਾਂ ਹੀ ਤਾਂ ਲੈਣੀਆਂ ਨੇ, ਅਸੀਸਾਂ ਨਹੀਂ ਸਾਨੂੰ ਤਾਰਨਾ। ਮਹਾਰਾਜ ਕਹਿੰਦੇ ਭਾਈ ਜਦੋਂ ਕੋਈ ਗਲਤੀ ਕਰੇ ਉਹਦਾ ਰੌਲਾ ਨਹੀਂ ਪਾ ਦੇਣਾ, ਉਹਨੂੰ ਜੱਗ ਜਾਹਰ ਨਹੀਂ ਕਰਨਾ, ਉਹਨੂੰ ਬੜੇ ਪ੍ਰੇਮ ਨਾਲ ਸਮਝਾਉਣਾ ਹੈ। ਬਹੁਤ ਪ੍ਰੇਮ ਨਾਲ ਸਮਝਾਓਗੇ ਉਹ ਮੰਨ ਜਾਵੇਗਾ, ਪਿਆਰ ਨਾਲ ਦੱਸੋਗੇ ਉਹ ਸੁਣ ਲਵੇਗਾ। ਜੇ ਤੁਸੀਂ ਇਸ ਤਰ੍ਹਾਂ ਕਰੋਗੇ ਕਿ ਧੱਕੇ ਨਾਲ ਕਿਸੇ ਨੂੰ ਬਦਲਣਾ ਚਾਹੋਗੇ ਉਹ ਧੱਕੇ ਨਾਲ ਨਹੀਂ ਬਦਲੇ ਪਾਵੇਗਾ। ਅੱਜ ਕੱਲ੍ਹ ਕੀ ਹੁੰਦਾ, ਮਾਤਾ ਪਿਤਾ ਦੇ ਵਿੱਚ ਗੱਲ ਦੇਖੀ ਗਈ ਆ, ਬੱਚਿਆਂ ਨੂੰ ਉਹ ਵਿੱਦਿਆ ਨਾਲ ਜੋੜਨਾ ਚਾਹੁੰਦੇ ਆ ਧੱਕੇ ਨਾਲ, ਜ਼ੋਰ ਦੇ ਨਾਲ, ਪਰ ਇੱਦਾਂ ਕਦੇ ਵੀ ਨਹੀਂ ਹੋ ਸਕਦਾ। ਉਹਨਾਂ ਨੂੰ ਜੇ ਤੁਸੀਂ ਕਿਤਾਬਾਂ ਨਾਲ, ਚੰਗੀਆਂ ਕਿਤਾਬਾਂ ਨਾਲ, ਬਾਣੀ ਨਾਲ ਜੋੜਨਾ ਹੈ, ਤੁਹਾਨੂੰ ਆਪ ਚੰਗੀਆਂ ਕਿਤਾਬਾਂ ਨਾਲ ਬਾਣੀ ਨਾਲ ਜੁੜਨਾ ਪਵੇਗਾ। ਇਹ ਚੀਜ਼ਾਂ ਤੁਹਾਨੂੰ ਕਰਨੀਆਂ ਪੈਣਗੀਆਂ। ਇਸ ਕਰਕੇ ਮਹਾਰਾਜ ਜੀ ਨੇ ਆਖਿਆ ਭਾਈ ਅਤੇ ਆਪਾਂ ਵੇਖਦੇ ਹਾਂ ਹਰ ਬੰਦੇ ਨੂੰ ਇੱਥੇ ਦੁਨੀਆਂ ਵਿੱਚ ਹੈ ਵੀ ਮੈਨੂੰ ਸੁੱਖ ਮਿਲੇ, ਕੋਈ ਚਾਹੁੰਦਾ ਮੈਨੂੰ ਦੁੱਖ ਮਿਲੇ, ਸਾਰੇ ਸੌਖਾਂ ਵਾਸਤੇ ਸੁੱਖਾਂ ਦੀ ਤਲਾਸ਼ ਵਿੱਚ ਹੀ ਭੱਜੇ ਫਿਰਦੇ ਆ ਇੱਥੇ, ਪਰ ਦੁਖੀ ਸਾਰੇ ਆ, ਨਾਨਕ ਦੁਖੀ ਆ ਸਭ ਸੰਸਾਰ। ਉਹਦਾ ਕਾਰਨ ਕੀ ਆ, ਭੈੜੀ ਆਦਤ ਛੱਡਣੀ ਬੰਦਾ ਚਾਹੁੰਦਾ ਨਹੀਂ, ਚੰਗੀ ਆਦਤ ਪਾਉਂਦਾ ਨਹੀਂ, ਕਿਉਂਕਿ ਔਖਾ ਲੱਗਦਾ ਬੰਦੇ ਨੂੰ। ਭੈੜੀਆਂ ਆਦਤਾਂ ਜਿਹੜੀਆਂ ਉਹਨੇ ਜਕੜਿਆ ਹੋਇਆ ਬੰਦੇ ਨੂੰ ਛੱਡ ਨਹੀਂ ਪਾ ਰਿਹਾ, ਜਿਸ ਕਰਕੇ ਚਾਹੁੰਦਾ ਵੀ ਮੈਂ ਇਹਨਾਂ ਆਦਤਾਂ ਵਿੱਚੋਂ ਹੀ ਸੁੱਖ ਮਿਲ ਜੇ ਮੈਨੂੰ। ਭੈੜੀਆਂ ਆਦਤਾਂ ਵਿੱਚੋਂ ਕਦੇ ਸੁੱਖ ਮਿਲਿਆ? ਮਹਾਰਾਜ ਕਹਿੰਦੇ ਨਹੀਂ ਭਾਈ। ਤਾਂ ਉੱਥੇ ਮਹਾਰਾਜ ਨੇ ਦੋਹਰਾ ਪੜ੍ਹਿਆ, ਸ੍ਰੀ ਗੁਰੂ ਸੰਗਤ ਤਾਰ ਕਰ ਸੰਸੈ ਦੀਏ ਨਿਵਾਰ,
ਮਹਾਰਾਜ ਨੇ ਆਖਿਆ, ਭਾਈ ਸਗਲ ਦੁਆਰ ਕੋ ਛਾੜ ਕੇ ਗਏ ਹੋ ਤੁਹਾਰੂ ਦੁਆਰ, ਵਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਇਹ ਵਾਹਿਗੁਰੂ, ਮੈਂ ਸਾਰੇ ਦਰਵਾਜ਼ੇ ਛੱਡ ਕੇ ਨਾ ਤੇਰੇ ਦਰ 'ਤੇ ਆਇਆ, ਅਤੇ ਮੈਨੂੰ ਪਤਾ ਸ਼ਰਨ ਪਿਆਂ ਦੀ ਤੁਸੀਂ ਲਾਜ ਰੱਖਦੇ ਹੋ। ਜਿਹੜਾ ਵੀ ਤੁਹਾਡੇ ਦੁਆਰ 'ਤੇ ਚੱਲ ਕੇ ਆਉਂਦਾ ਨਾ ਗੁਰੂ ਮਹਾਰਾਜ ਜੀ, ਤੁਸੀਂ ਕਿਰਪਾ ਕਰਦੇ ਹੋ ਅਕਾਲ ਪੁਰਖ ਜੀ, ਅਤੇ ਮੈਂ ਕਿਸੇ ਦੇਵੀ ਦੇਵਤੇ ਨੂੰ ਨਹੀਂ ਮੰਨਦਾ, ਅਕਾਲ ਪੁਰਖ ਨੂੰ ਹੀ ਮੰਨਦਾ, ਅਤੇ ਖਾਲਸਾ ਵੀ ਅਕਾਲ ਪੁਰਖ ਦੀ ਫੌਜ ਹੀ ਆ। ਖਾਲਸਾ ਅਕਾਲ ਪੁਰਖ ਕੀ ਫੌਜ, ਪ੍ਰਗਟਿਓ ਖਾਲਸਾ ਪਰਮਾਤਮ ਕੀ ਮੌਜ। ਕੁਝ ਲੋਕ ਮੈਂ ਦੇਖਿਆ ਹੈ ਵੀ ਗੁਰੂ ਨਾਨਕ ਸਾਹਿਬ ਜੀ ਨੂੰ ਕਹਿੰਦੇ ਅਸੀਂ ਆਪਣਾ ਗੁਰੂ ਮੰਨਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਅਸੀਂ ਆਪਣਾ ਗੁਰੂ ਨਹੀਂ ਮੰਨਦੇ। ਕਿਉਂ? ਕਿਉਂਕਿ ਗੁਰੂ ਨੇ ਅੰਮ੍ਰਿਤ ਛਕਣ ਲਈ ਕਹਿ ਦਿੱਤਾ ਨਾ, ਗੁਰੂ ਨੇ ਕਹਿ ਦਿੱਤਾ ਵੀ ਅੰਮ੍ਰਿਤ ਛਕ ਲਓ, ਸਿੰਘ ਸਾਜੋ, ਕੇਸ ਰੱਖ ਲਓ। ਇਹ ਤਾਂ ਗੁਰੂ ਨਾਨਕ ਸਾਹਿਬ ਜੀ ਵੀ ਕਹਿੰਦੇ ਰਹੇ ਆ, ਪਹਿਲਾਂ ਮਰਨ ਕਬੂਲ, ਜੀਵਨ ਕੀ ਛੱਡ ਆਸ, ਜੋ ਤੋਂ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਸੀਸ ਮੰਗਣ ਦੀ ਗੱਲ ਗੁਰੂ ਨਾਨਕ ਸਾਹਿਬ ਜੀ ਨੇ ਵੀ ਕੀਤੀ ਆ, ਪਰ ਅਸੀਂ ਕਦੇ ਉਹਨਾਂ ਦੀ ਬਾਣੀ ਨੂੰ ਵਿਚਾਰਿਆ ਨਹੀਂ। ਅਸੀਂ ਗੁਰੂ ਨਾਨਕ ਸਾਹਿਬ ਜੀ, ਕਲਗੀਧਰ ਪਾਤਸ਼ਾਹ ਜੀ ਨੂੰ ਵੱਖ ਵੱਖ ਕਰਕੇ ਦੇਖਦੇ ਹਾਂ, ਜਿਹਦੇ ਕਰਕੇ ਸਾਨੂੰ ਸਿੱਖੀ ਦੇ ਸਿਧਾਂਤਾਂ ਦਾ, ਸਿੱਖ ਸਿੰਘ ਅਤੇ ਖਾਲਸੇ ਦਾ ਪੂਰਨ ਰੂਪ ਦੇ ਵਿੱਚ ਪਤਾ ਹੀ ਨਹੀਂ ਲੱਗਦਾ। ਜੋ ਤੋ ਪ੍ਰੇਮ ਖੇਲਣ ਕਾ ਚਾਓ, ਸਿਰ ਧਰ ਤਲੀ ਗਲੀ ਮੇਰੀ ਆਓ। ਬਾਬਾ ਨਾਨਕ ਜੀ ਦੇ ਬਚਨ ਆ 1412 ਅੰਗ ਅਤੇ ਸੁਭਾਏ ਮਾਣਾ ਜੀ, ਤੁਸੀਂ ਪੜ੍ਹ ਸਕਦੇ ਹੋ। ਮਹਾਰਾਜ ਕਹਿੰਦੇ, ਭਾਈ ਜੇ ਤੈਨੂੰ ਪਿਆਰ ਦੀ ਖੇਡ ਖੇਡਣ ਦੀ ਸੱਧਰ ਹੀ ਆ, ਸ਼ੌਂਕ ਆ, ਤਾਂ ਆਪਣੀ ਹੱਥ ਦੀ ਹਥੇਲੀ 'ਤੇ ਆਪਣਾ ਸੀਸ ਰੱਖ ਕੇ ਸਾਡੇ ਕੂਚੇ 'ਚ ਆ ਜਾ। ਇਤ ਮਾਰਗ ਪੈਰ ਧਰੀਜੈ, ਜੇ ਤੂੰ ਇਹ ਰਸਤੇ 'ਤੇ ਆਪਣਾ ਪੈਰ ਧਰ ਲਵੇਂਗਾ, ਸਿਰ ਦੀਜੈ ਕਾਣ ਨਾ ਕੀਜੈ, ਫਿਰ ਤੂੰ ਆਪਣੇ ਸੀਸ ਮੂਹਰੇ ਲੋਕ ਲੱਜਿਆ ਦੀ ਪਰਵਾਹ ਨਹੀਂ ਕਰੇਂਗਾ। ਅਤੇ ਉਹ ਸੀਸ ਹੀ ਭੇਟ ਕਰ ਦਿੱਤਾ, ਝਿਜਕ ਕਾਹਦੀ, ਗੁਰੂ ਨੂੰ ਮਾਤੀ ਭੇਟ ਕਰ ਦਿੱਤੀ। ਇਸ ਕਰਕੇ ਸਾਨੂੰ ਆਪਣੀਆਂ ਕਚੱਜੀਆਂ ਆਦਤਾਂ ਛੱਡਣੀਆਂ ਪੈਣਗੀਆਂ, ਫਿਰ ਸਚੱਜੇ ਹੋਵਾਂਗੇ। ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸਚੱਜੇ ਬੰਦੇ ਨੂੰ ਕੋਈ ਭੈੜੀ ਆਦਤ ਭਰਮਾ ਨਹੀਂ ਸਕਦੀ ਜਿਹੜਾ ਗੁਰੂ ਦੀ ਸ਼ਰਨ ਪਵੇਗਾ। ਗੁਰੂ ਕੇ ਪਿਆਰਿਓ, ਇਸ ਤਰ੍ਹਾਂ ਮਹਾਰਾਜ ਨੇ ਉੱਥੇ ਬੜੇ ਕੀਮਤੀ ਬਚਨ ਕਰ ਦਿੱਤੇ। ਸਮਾਜ ਬਾਰੇ ਵੀ ਸੀਗੇ ਇਹ, ਅਤੇ ਜੋ ਆਪਾਂ ਕਹਿੰਦੇ ਅਧਿਆਤਮ ਬਚਨ ਵੀ ਸੀਗੇ, ਰੱਬੀ ਗੱਲਾਂ ਵੀ ਹੋ ਗਈਆਂ, ਸਭ ਕੁਝ ਮਹਾਰਾਜ ਨੇ ਕਹਿ ਦਿੱਤਾ। ਅਤੇ ਇਹ ਬਹੁਤ ਚੀਜ਼ਾਂ ਜਿਹੜੀਆਂ ਗੁਰੂ ਸਾਹਿਬ ਜੀ ਨੇ ਸਾਨੂੰ ਦੱਸੀਆਂ ਨੇ, ਅਤੇ ਉਹ ਮਹਾਰਾਜ ਦੇ ਬਚਨ ਸਾਨੂੰ ਮੰਨਣੇ ਚਾਹੀਦੇ ਆ। ਆਪਾਂ ਵੇਖਦੇ ਹਾਂ ਆਸੇ ਪਾਸੇ ਲੋਕ ਜਿਹੜੇ ਆ, ਉਹਨਾਂ ਦੀ ਜ਼ਿੰਦਗੀ ਕਿੱਦਾਂ ਦੀ ਆ, ਸਾਹ ਹੀ ਆ ਰਹੇ ਆ, ਜਾ ਰਹੇ ਆ, ਜੀਵਨ ਉਹਨਾਂ ਕੋਲ ਨਹੀਂ ਹੈ। ਸ੍ਰੀ ਗੁਰੂ ਸੰਗਤ ਤਾਰ ਕਰ, ਸੌ ਸਾਕੀ ਦੇ ਵਿੱਚ ਇਹ ਕਥਾ ਲਿਖੀ ਹੋਈ ਆ। ਸੰਸੈ ਦੀਏ ਨਿਵਾਰ, ਦਰਸ਼ਨ ਦੇ ਕਿਰਪਾਲ ਹੋਏ, ਕਿਨੇ ਸਭੈ ਨਿਹਾਲ, ਭੇਟਾ ਵੋ ਸੰਗਤ ਦੇਈ, ਸ੍ਰੀ ਗੁਰੂ ਆਏ ਹਜੂਰ, ਵਾਹਿਗੁਰੂ ਜੀ ਕੀ ਫਤਿਹ, ਬੁਲਵਾਈ ਭਨਪੂਰ, ਕਰੀ ਨਸੀਹਤ ਸ੍ਰੀ ਗੁਰੂ, ਸਿੱਖਣ ਅਪਰ ਅਪਾਰ, ਸਾਖੀ ਸੰਪੂਰਨ ਕਰੀ, ਸ੍ਰੀ ਗੁਰੂ ਖੁਦ ਦਰਬਾਰ। ਮਹਾਰਾਜ ਨੇ ਆਪ ਇਹ ਸਾਖੀਆਂ ਸੁਣਾਈਆਂ, ਆਪ ਇਹ ਬਚਨ ਕੀਤੇ ਆ। ਤਾਂ ਅੰਮ੍ਰਿਤ ਸਿੱਖਣ ਕੇ ਤਾਈਂ, ਦੀਨੇ ਗੁਰੂ ਛਕਾਏ, ਸਿੰਘ ਸਜੇ ਬਹੁ ਗੁਰੂ ਘਰ, ਵਾਹਿਗੁਰੂ ਫਤਿਹ ਬੁਲਾਏ। ਬਹੁ ਸਿੰਘ ਉੱਥੇ ਸੱਜ ਗਏ ਜਦੋਂ ਮਹਾਰਾਜ ਨੇ ਆਖਿਆ ਸਾਡਾ ਭਾਈ ਜਿਹੜਾ ਬਚਨ ਮੰਨੇਗਾ, ਅੰਮ੍ਰਿਤ ਛਕੇਗਾ, ਸਿੰਘ ਸਜੇਗਾ, ਬਾਣੀ ਬਾਣੀ ਦਾ ਧਾਰਨੀ ਹੋਵੇਗਾ,
ਉਹ ਤੇ ਸਾਡੀ ਡਾਢੀ ਖੁਸ਼ੀ ਹੋਵੇਗੀ। ਕਹਿਣ ਦੀ ਦੇਰ, ਅੱਜ ਦੇ ਸਿੱਖਾਂ ਵਾਂਗ ਥੋੜ੍ਹੀ ਵੀ ਸੋਚਾਂ 'ਚ ਪੈ ਗਏ ਉਹ, ਵੀ ਪਹਿਲਾਂ ਤਿਆਰ ਬਰ ਤਿਆਰ ਹੋਵਾਂਗੇ, ਹੌਲੀ ਹੌਲੀ 6 ਮਹੀਨਿਆਂ 'ਚ ਸਾਡਾ ਜੀ ਮਨ ਬਣੇਗਾ, ਫਿਰ ਅਸੀਂ ਵੇਖਾਂਗੇ। ਫਿਰ ਵੇਖਣ 'ਚ ਹੀ ਰਹਿ ਜਾਂਦੇ ਹਾਂ, ਮੌਤ ਦਾ ਪਤਾ ਨਹੀਂ, ਇੱਕ ਪਲ ਦਾ ਨਹੀਂ ਪਤਾ। ਅਤੇ ਉਹ ਥੋੜ੍ਹੀ ਸੀਗੇ ਇਹੋ ਜਿਹੇ ਆਪਣੇ ਵਰਗੇ, ਉਹ ਤਾਂ ਤਿਆਰ ਬਰ ਤਿਆਰ ਹੋ ਗਏ। ਸਿੰਘ ਸਜੇ ਬਹੁ ਗੁਰੂ ਘਰ, ਵਾਹਿਗੁਰੂ ਫਤਿਹ ਬੁਲਾਏ। ਸਿੰਘ ਸਜ ਗਏ, ਫਤਿਹ ਬੁਲਾਈ ਆ, ਗੁਰੂ ਸਾਹਿਬ ਦੇ ਬਚਨਾਂ ਨੂੰ ਮੰਨ ਲਿਆ। ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਉੱਥੇ ਬਚਨ ਕੀਤੇ ਆ। ਅਸੀਂ ਹੋਰ ਢੰਗ ਦੇ ਨਾਲ ਖੁਸ਼ ਹੋਣਾ ਚਾਹੁੰਦੇ ਹਾਂ। ਮੱਕੀ ਦੇ ਆਟੇ ਦੇ ਕੇਕ ਨਹੀਂ ਬਣਦੇ ਹੁੰਦੇ ਸਾਧ ਸੰਗਤ ਜੀ, ਦੂਰੋਂ ਦੇਖੇ ਪਹਾੜ ਨੇੜੇ ਜਾ ਕੇ ਮਿੱਟੀ ਹੋ ਜਾਂਦੇ ਆ। ਜਿਹੜੀਆਂ ਚੀਜ਼ਾਂ ਅਸੀਂ ਕਰਨੀਆਂ ਚਾਹੁੰਦੇ ਹਾਂ ਨਾ, ਵੀ ਇਹ ਦੁਨਿਆਵੀ ਚੀਜ਼ਾਂ 'ਚੋਂ ਸੁੱਖ ਮਿਲ ਜਾਵੇਗਾ, ਉਹ ਨਹੀਂ ਕਦੇ ਹੋਣੀਆਂ। ਸੁੱਖ ਨਾਹੀ ਬਹੁਤੈ ਧਨ ਖਾਟੇ, ਬਹੁਤੀ ਦੌਲਤ ਕਮਾਉਣ ਦੇ ਵਿੱਚ ਵੀ ਕੋਈ ਆਰਾਮ ਨਹੀਂ ਹੈਗਾ। ਸੁੱਖ ਨਾਹੀ ਪੇਖੇ ਨਿਰਤ ਨਾਟੇ, ਨਾਟਕ ਨਾਚ ਵੇਖ ਕੇ ਕੋਈ ਆਰਾਮ ਨਹੀਂ ਇਹਨਾਂ ਚੀਜ਼ਾਂ ਵਿੱਚ, ਸੁੱਖ ਨਹੀਂ ਮਨ ਨੂੰ। ਸੁੱਖ ਨਾ ਹੀ ਬਹੁ ਦੇਸ਼ ਕਮਾਏ, ਦੇਸ਼ ਘੁੰਮ ਕੇ ਆ ਜਾਈਏ, ਜਿੱਤ ਵੀ ਲਈਏ, ਕੋਈ ਸੁੱਖ ਨਹੀਂ ਮਿਲਦਾ। ਸਰਬ ਸੁਖਾਂ ਹਰ ਹਰ ਗੁਣ ਗਾਏ, ਹਾਂ ਪਰ ਪਰਮਾਤਮਾ ਦੀ ਸਿਫਤ ਸਲਾਹ ਕੀਤਿਆਂ ਸਾਰੇ ਸੁੱਖ ਬੰਦੇ ਨੂੰ ਮਿਲ ਜਾਂਦੇ ਆ। ਅੱਜ ਦੇ ਦੀਵਾਨ ਵਿੱਚ ਇਤਨੀਆਂ ਹੀ ਬੇਨਤੀਆਂ। ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਕਲਗੀ ਧਰਫ ਸੱਚੇ ਪਾਤਸ਼ਾਹ ਜੀ ਦੀ ਸ਼ਾਨ ਬੜੀ ਉੱਚੀ ਹੈ ਜੀ। ਮਹਾਰਾਜ ਜੀ ਦੇ ਬਚਨ ਤੁਸੀਂ ਵੀ ਭਾਈਏ ਮੰਨੋ, ਆਪ ਆਪਣੇ ਬੱਚਿਆਂ ਨੂੰ ਇਹ ਸਿੱਖਿਆ ਦਿਓ। ਅਤੇ ਇਹ ਸਾਰੀਆਂ ਚੀਜ਼ਾਂ ਕਮਾਉਣੀਆਂ ਬੜੀਆਂ ਜ਼ਰੂਰੀ ਹਨ। ਅਤੇ ਇਹ ਦੁਨੀਆ ਵਿੱਚ ਜਿਹੜੀ ਆਪਾਂ ਈਰਖਾ ਰੱਖੀ ਆ, ਜੇ ਇਹ ਚੀਜ਼ਾਂ ਠੀਕ ਹੋਣਗੀਆਂ, ਮਨ ਤਾਂ ਹੀ ਠੀਕ ਹੋਵੇਗਾ ਜੇ ਈਰਖਾ ਛੱਡਾਂਗੇ। ਜੇ ਰੱਖ ਲਾਂਗੇ ਈਰਖਾ ਅਤੇ ਕਹਾਂਗੇ ਸਿਹਤ ਵੀ ਠੀਕ ਰਹੇ, ਇਹ ਚੀਜ਼ਾਂ ਹੋਣੀਆਂ ਨੇ। ਗੁਰੂ ਸਾਹਿਬ ਕਿਰਪਾ ਕਰਨ, ਰਹਿਮਤ ਕਰਨ, ਬਹੁਤ ਭੁੱਲਾਂ ਹੋ ਗਈਆਂ ਹੋਣਗੀਆਂ। ਗੁਰੂ ਦੀ ਸੰਗਤ ਸਤਿਗੁਰੂ ਮਹਾਰਾਜ ਬਖਸ਼ਣ ਯੋਗ ਹਨ ਜੀ, ਬਖਸ਼ ਲੈਣ ਜੀ। ਦੇਹੋ ਸੱਜਣ ਅਸੀਸੜੀਆਂ, ਇਉਂ ਹੋਵੇ ਸਾਹਿਬ ਸਿਉਂ ਮੇਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।